ਹਾਏ ਅਭਿਮਨ, ਅੱਜ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ ਉਹ ਫੂਡ ਦੇ ਬਾਰੇ 'ਚ ਜਿਹੜਾ ਆਪਾਂ ਇਹ ਸੋਚ ਕੇ ਖਾ ਲੈਂਦੇ ਹਾਂ ਕਿ ਇਹ ਹੈਲਦੀ ਹੈ, ਪਰ ਐਕਚੁਅਲ ਦੇ ਵਿੱਚ ਸਭ ਤੋਂ ਜ਼ਿਆਦਾ ਅਨਹੈਲਦੀ ਫੂਡ ਹੁੰਦਾ ਹੈ। ਉਹ ਫੂਡ ਹੈ ਸੋਇਆ ਚਾਹ, ਪਨੀਰ ਟਿੱਕਾ, ਚਿਕਨ ਟਿੱਕਾ। ਜਦੋਂ ਵੀ ਇਹਨੂੰ ਆਪਾਂ ਬਾਹਰੋਂ ਖਾਂਦੇ ਹਾਂ, ਆਪਾਂ ਇਹ ਸੋਚ ਕੇ ਖਾਂਦੇ ਹਾਂ ਵੀ ਹਾਂਜੀ ਆਪਣੀ ਡਾਈਟਿੰਗ ਚੱਲਦੀ ਪਈ ਹੈ, ਠੀਕ ਹੈ, ਅਤੇ ਅੱਜ ਅਸੀਂ ਉਹ ਡਾਈਟਿੰਗ ਚਿਕਨ ਖਾ ਕੇ ਐੱਗ ਖਾ ਕੇ ਘਰੇ ਬੋਰ ਹੋ ਗਏ, ਅਸੀਂ ਬਾਹਰੋਂ ਖਾ ਲੈਂਦੇ ਹਾਂ, ਤਾਂ ਸਾਨੂੰ ਇਹ ਲੱਗਦਾ ਕਿ ਹੈਲਦੀ ਹੈ। ਜੋ ਮੈਦਾ ਹੁੰਦਾ ਉਹ 'ਚ ਵਾਈਟ ਫਲੋਰ ਇੰਨਾ ਜ਼ਿਆਦਾ ਪਾਇਆ ਹੁੰਦਾ ਹੈ ਕਿ ਉਹਨੂੰ ਉਹ ਕ੍ਰਿਸਪੀ ਬਣਾਉਣ ਵਾਸਤੇ ਉਹਨਾਂ ਨੂੰ ਸਵਾਦ ਨਾਲ ਮਤਲਬ ਹੈ, ਆਪਣੀ ਸਿਹਤ ਨਾਲ ਕੋਈ ਮਤਲਬ ਨਹੀਂ। ਮੈਂ 2 ਕੁ ਮਹੀਨੇ ਤੋਂ ਪਹਿਲਾਂ ਉਸ ਚੀਜ਼ ਨੂੰ, ਸਾਰੀਆਂ ਚੀਜ਼ਾਂ ਨੂੰ ਬਾਹਰੋਂ ਜਾਣਾ ਖਾਣਾ ਬੰਦ ਕੀਤਾ, ਪਰ ਉਹਦੇ ਨਾਲ ਮੇਰੀ ਸਾਰੀ ਬਾਡੀ ਦੇ ਵਿੱਚ ਕਲੈਰਿਟੀ ਦਾ, ਜ਼ਮੀਨ ਅਸਮਾਨ ਦਾ ਫਰਕ ਆ ਗਿਆ। ਆਪਣਾ ਜਿਹੜੀ ਵੀ ਫੂਡ ਖਾਣਾ ਹੈ ਤੁਸੀਂ ਘਰੇ ਬਣਾ ਕੇ ਖਾਓ, ਪਰ ਜੇ ਤੁਸੀਂ ਇਹ ਸੋਚ ਕੇ ਖਾਂਦੇ ਹੋ, ਕਦੇ ਵੰਸ ਇਨ ਅ ਵਾਈਲ ਬਹੁਤ ਚੰਗੀ ਚੀਜ਼ ਹੈ, ਪਰ ਆਪਾਂ ਅਗਰ ਇਹ ਸੋਚ ਕੇ ਖਾਂਦੇ ਹਾਂ ਕਿ ਹੈਲਦੀ ਬਾਹਰੋਂ ਖਾ ਰਹੇ ਹਾਂ, ਤਾਂ ਹੈਲਦੀ ਨਾਮ ਦਾ ਕੁਝ ਵੀ ਨਹੀਂ ਹੈ। ਬਾਹਰ ਕੀ ਹੈ, ਸਵਾਦ ਹੈ, ਸਵਾਦ ਵਾਸਤੇ ਕੀ ਕਰਦੇ, ਮੈਦਾ ਅਤੇ ਫਰਾਈਡ ਆਇਲ, ਹੋਰ ਕੁਝ ਵੀ ਨਹੀਂ ਉਹਨਾਂ ਕੋਲ। ਔਰ ਇਹਦੇ ਨਾਲ ਆਪਣੇ ਮੈਕਸੀਮਮ ਲੋਕਾਂ ਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਸਿਰਫ ਇਸੇ ਚੀਜ਼ ਕਰਕੇ ਆ ਰਹੀਆਂ। ਇਹ ਸੀ ਮੇਰੀ ਛੋਟੀ ਜਿਹੀ ਵੀਡੀਓ, ਮੈਨੂੰ ਲੱਗਿਆ ਤੁਹਾਡੇ ਨਾਲ ਸ਼ੇਅਰ ਕਰਾਂ। ਐਕਸਰਸਾਈਜ਼ ਕਰਦਾ ਪਿਆ ਸੀਗਾ ਤਾਂ ਕਰਦੇ ਕਰਦੇ ਦਿਮਾਗ 'ਚ ਆ ਗਿਆ ਯਾਰ ਕਿ ਵੀਡੀਓ ਬਣਾਈਏ, ਅਤੇ ਖਿੱਚ ਕੇ ਰੱਖੋ ਕੰਮ।